ਗੁੱਡ ਮਾਰਨਿੰਗ ਸਟੂਡੈਂਟਸ ਅੱਜ ਅਸੀਂ ਪੜ੍ਹਾਂਗੇ ਕਹਾਣੀ ਪੱਤਾ ਸੋ ਇਸ ਲਈ ਆਪਣੀ ਆਪਣੀਆਂ ਕਿਤਾਬਾਂ ਖੋਲ ਲਓ ਪੇਜ ਨੰਬਰ 10 ਸ਼ੁਰੂ ਕਰਦੇ ਹਾਂ ਖਬਰੇ ਤਾਂ ਰਾਤ ਦੇ ਤੱਕ ਨਾਮੂ ਗੁੱਡੀ ਦੇ ਸੂਟਾਂ ਦੇ ਫਿਗਰਾਂ ਵਿੱਚ ਪਈ ਰਹੀ ਖਬਰੇ ਠੰਡੀ ਠੰਡੀ ਪੱਛੋ ਦੀ ਹਵਾ ਦੇ ਕਾਰਨ ਜਾਂ ਕੋਈ ਹੋਰ ਸਬਬ ਹੋ ਗਿਆ ਦੂਜੇ ਦਿਨ ਉਹ ਤੜਕੇ ਸੂਰਜ ਚੜ੍ਹੇ ਤੱਕ ਮੰਝਿਓ ਨਾ ਉੱਠੀ ਇਸ ਵਿੱਚ ਨਾਮੋ ਨਾਦੀਕ ਕੁੜੀ ਹੈ ਉਹਦੇ ਬਾਰੇ ਗੱਲ ਕੀਤੀ ਗਈ ਹੈ ਕਿ ਉਹ ਸ਼ਾਇਦ ਸੁੱਤੀ ਸੀਗੀ ਹਾਲੇ ਵੀ ਕੀ ਕਰਨ ਸੁੱਤੀ ਸੀ ਸ਼ਾਇਦ ਰਾਤ ਨੂੰ ਦੇਰ ਤੱਕ ਉਹ ਆਪਣੀ ਗੁੱਡੀ ਗੁੱਡੀਆਂ ਪਟੋਲੇ ਬੱਚੇ ਖੇਡਦੇ ਆ ਗੁੱਡੀ ਦੇ ਸੂਟਾਂ ਦੇ ਫਿਕਰਾਂ ਵਿੱਚ ਪਈ ਰਹੀ ਖਬਰੇ ਸ਼ਾਇਦ ਜਾਂ ਪੱਛੋ ਦੀ ਹਵਾ ਪੱਛਮ ਵਾਲੇ ਪਾਸਿਓਂ ਦੀ ਹਵਾ ਜਦੋਂ ਗਰਮੀ ਦੀ ਰੁੱਤ ਦੇ ਵਿੱਚ ਅਸੀਂ ਉੱਪਰ ਸੌਂਦੇ ਆ ਸਵੇਰੇ 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 ਜਿਹੜੀ ਠੰਡੀ ਹਵਾ ਆਉਂਦੀ ਆ ਉਹਨੂੰ ਅਸੀਂ ਕਹਿੰਦੇ ਵੀ ਸ਼ਾਇਦ ਠੰਡੀ ਠੰਡੀ ਹਵਾ ਦੇ ਕਾਰਨ ਉਹ ਹਾਰੇ ਤੱਕ ਸੁੱਤੀ ਪਈ ਸੀ ਮਾਂ ਉਸ ਦੀ ਕੁਝ ਕਰਾਰੇ ਸੁਭਾਅ ਦੀ ਸੀ ਉਸ ਨੇ ਤਾਂ ਆਵਾਜ਼ਾਂ ਮਾਰ ਮਾਰ ਛੱਤ ਪਾੜਨੀ ਲਾਈ ਹੋਈ ਸੀ ਕਰਾਰੇ ਸੁਭਾਅ ਦੀ ਗੁੱਸੇ ਵਾਲੇ ਸੁਭਾਅ ਦੀ ਡਾਡੇ ਸੁਭਾਅ ਦੀ ਮਾਂ ਕੀ ਕਿੰਦੀ ਆ ਨੂੰ ਗਾਲਾਂ ਕੱਢ ਕੇ ਬੋਲਦੀ ਆ ਨੀ ਰੰਡੀਏ ਹੋਰ ਤੇਰੇ ਹੁਣ ਬਣ ਬੱਧਣੇ ਨੇ 12 ਬਰਿਆਂ ਦੀ ਹੋ ਗਈ ਐ ਬੁੱਢ ਬਲੇਟ ਹਲੇ ਤਾਈ ਸੁੱਤੀ ਪਈ ਐ ਮੈਂ ਵੀ ਜਗਾਉਂਦੀ ਨਹੀਂ ਅੱਜ ਰੋਟੀ ਤੈ ਲੈ ਜਾਣੀ ਐ ਆਪੇ ਜਦੋਂ ਜੀ ਕਰੂ ਲੈ ਜੀ ਉੱਥੇ ਤੇਰਾ ਪਤੰਦਰ ਹੀ ਤੈਨੂੰ ਸਮਾਰੂ ਹਣੋ ਆਪਣੀ ਕੁੜੀ ਨੂੰ ਉਠਾਉਂਦੀ ਆ ਤੇ ਉਹਨੂੰ ਗਾਲਾਂ ਕੱਢ ਕੇ ਉਠਾਉਂਦੀ ਆ ਕਿਉਂਕਿ ਉਹ ਉਹਦਾ ਸੁਭਾਅ ਬੜਾ ਕੱਬਾ ਆ ਇਸ ਪੈਰੇ ਦੇ ਵਿੱਚ ਇੱਕ ਵਰਡ ਆਇਆ ਸਾਡੇ ਕੋਲ ਪਤੰਦਰ ਉੱਥੇ ਤੇਰਾ ਪਤੰਦਰ ਹੀ ਤੈਨੂੰ ਸਮਾਰੂ ਪਤੰਦਰ ਦਾ ਮਤਲਬ ਇੱਥੇ ਆ ਇੱਥੇ ਪਿਤਾ ਨੂੰ ਕਿਹਾ ਗਿਆ ਆ ਕਿਉਂਕਿ ਕੁੜੀਆਂ ਜੜੀਆਂ ਆ ਉਹ ਮਾਵਾ ਨਾਲੋਂ ਆਪਣੇ ਪਿਓਾਂ ਕੋਲੋਂ ਜ਼ਿਆਦਾ ਡਰਦੀਆਂ ਆ ਇੱਕੇ ਦੇ ਵਿੱਚ ਵਰਡ ਆਇਆ ਬੁੱਡ ਬਲੇਟ 12 ਵਰਿਆਂ ਦੀ ਹੋ ਗਈ ਹੈ ਗੁੱਡ ਬਲੇਟ ਜਦੋਂ ਦੀ ਇਹ ਕਹਾਣੀ ਲਿਖੀ ਗਈ ਉਸ ਵੇਲੇ ਕੁੜੀਆਂ ਨੂੰ ਛੋਟੀ ਉਮਰ 'ਚ ਹੀ ਵਿਆਹ ਦਿੱਤਾ ਜਾਂਦਾ ਸੀ ਤੇ ਘਰਾਂ ਦੇ ਕੰਮਾਂ ਦੇ ਵਿੱਚ ਪਰਪੱਕ ਉਹਨਾਂ ਨੂੰ ਕੀਤਾ ਜਾਂਦਾ ਸੀ ਸੋ 12 ਸਾਲ ਦੀ ਉਮਰ ਵਿੱਚ ਉਹ ਕੁੜੀਆਂ ਨੂੰ ਸਮਝਦੇ ਸਮਝਦੇ ਸੀ ਕਿ ਬਹੁਤ ਵੱਡੀ ਹੋ ਚੁੱਕੀ ਹੈ ਜਿੰਨਾ ਮੋਬ ਮਾਰਵੀ ਹੁੰਦੀ ਤਾਂ ਵੀ ਮਾਂ ਦੇ ਇਸ ਨਾਂ ਜਗਾਉਣ ਤੇ ਉੱਠ ਬੈਂਦੀ। ਸੋ ਛੱਟਪਟ ਵਿਛਾਉਣਾ ਤੇ ਉੱਤਲਾ ਖੇਸ ਲਪੇਟ ਵਿਛਾਉਣਾ ਥੱਲੇ ਜੋ ਮੰਜੇ ਤੇ ਦਰੀ ਵਗੈਰਾ ਵਸਾਈ ਹੋਈ ਸੀ। ਉੱਪਰਲਾ ਖੇਸ ਲਪੇਟ ਮੋਢੇ ਰੱਖ ਨਾਮੋ ਪੌੜੀ ਉੱਤਰਾਈ। ਪਾਣੀ ਦਾ ਗਲਾਸ ਭਰ ਕੇ ਮੂੰਹ ਧੋਤਾ ਆਲੇ ਵਿੱਚੋਂ ਆਪਣੀ ਰੋਟੀ ਦਹੀਂ ਦਾ ਕੌਲ ਕੱਢ ਕੇ ਖਾਣੀ ਸ਼ੁਰੂ ਕਰ ਦਿੱਤੀ। ਆਲਾ ਜਿਸ ਤਰ੍ਹਾਂ ਅਸੀਂ ਹੁਣ ਫ੍ਰਿਜ ਦੇ ਵਿੱਚ ਚੀਜ਼ਾਂ ਰੱਖਦੇ ਆਂ ਇਸ ਤੋਂ ਪਹਿਲਾਂ ਜਦੋਂ ਫ੍ਰਿਜ ਨਹੀਂ ਸੀ ਹੁੰਦੀ ਸਾਡੇ ਕੋਲ ਉਦੋਂ ਜਾਲੀਆਂ ਜਾਂ ਡੋਲੀ ਕਿਹਾ ਜਾਂਦਾ ਸੀ ਉਹਦੇ ਵਿੱਚ ਸਮਾਨ ਰੱਖਿਆ ਜਾਂਦਾ ਸੀ ਤੇ ਉਸ ਤੋਂ ਵੀ ਪਹਿਲਾਂ ਲੋਕ ਲੋਕਾਂ ਨੇ ਕਈ ਵਾਰ ਕੰਧਾਂ ਦੇ ਵਿੱਚ ਕੱਚੀਆਂ ਕੰਧਾਂ ਦੇ ਵਿੱਚ ਬਣਾਈਆਂ ਹੁੰਦੀਆਂ ਸੀ ਜਿੰਨੂੰ ਦਰਵਾਜ਼ਾ ਲੱਗਾ ਹੁੰਦਾ ਸੀ ਤੇ ਜਾਂ ਮਿੱਟੀ ਦਾ ਇੱਕ ਛੋਟਾ ਜਿਹਾ ਕਹਿ ਸਕਦੇ ਹੋ ਕੋਠਾ ਜਿਹਾ ਬਣਾਇਆ ਹੁੰਦਾ ਸੀ ਤੇ ਉਹਨੂੰ ਦਰਵਾਜ਼ਾ ਲੱਗਾ ਹੁੰਦਾ ਸੀ ਤਾਂ ਕਿ ਉਹਦੇ ਵਿੱਚ ਸਮਾਨ ਰੱਖਿਆ ਜਾਂਦਾ ਸੀ ਖਾਣ ਪੀਣ ਦਾ ਤਾਂ ਜੋ ਕੋਈ ਕੁੱਤਾ ਜਾਂ ਬਿੱਲੀ ਆਕੇ ਮੂੰਹ ਨਾ ਮਾਰ ਸਕੇ ਸੋ ਆਲਾ ਉਸ ਨੂੰ ਕਹਿੰਦੇ ਹਨ ਉਧਰ ਮਾਂ ਆਪਣਾ ਨਾਂ ਜਗਾਉਣ ਦਾ ਪ੍ਰਣ ਪਾਲਦੀ ਰਹੀ ਤੇ ਨਾਮੋ ਦੇ ਖਸਮ ਨੂੰ ਤੇ ਭਰਾਵਾਂ ਨੂੰ ਪਿੱਟਦੀ ਰਹੀ ਗਵਾਂਡੋ ਪੀਤੋ ਦੀ ਮਾਂ ਨੇ ਆਵਾਜ਼ ਮਾਰੀ ਨਾਮੋ ਕੁੜੱਟੀਏ ਸਾਡੀ ਪੀਤੋ ਨੂੰ ਵੀ ਰੋਟੀ ਦੇਣ ਨਾਲ ਲੈ ਜਾਈ ਹੁਣ ਪੀਤੋ ਨਾਮੋ ਦੀ ਸੇਲੀਆ ਤਕਰੀਬਨ ਉਸੇ ਦੀ ਹਾਂ ਉਮਰ ਹੈ ਤੇ ਤੇ ਗਵਾਂਡ ਵਿੱਚ ਰਹਦੀ ਹੈ ਉਹਦੀ ਮਾਂ ਕਹਿੰਦੀ ਹੈ ਕਿ ਸਾਡੀ ਪੀਤੋ ਨੂੰ ਵੀ ਰੋਟੀ ਦੇਣ ਨਾਲ ਲੈ ਜਾਈ ਨਾਮੋਨੇ ਛਿੱਤੀ ਛਿੱਤੀ ਹਾਜ਼ਰੀ ਖਤਮ ਕਰ ਲਈ ਹਾਜ਼ਰੀ ਮਤਲਬ ਸਵੇਰ ਦਾ ਖਾਣਾ ਅਤੇ ਆਲੇ ਵਿੱਚ ਮੁਰ ਝਾਟ ਮਾਰੀ ਮਾਂ ਨੇ ਰੋਟੀਆਂ ਦਹੀਂ ਤੇ ਗੱਠੇ ਓਣੇ ਵਿੱਚ ਬਣ ਲੱਸੀ ਦੇ ਚੱਕਰੇ ਤੇ ਰੱਖ ਛੱਡੇ ਸਨ ਦਹੀਂ ਤੇ ਗੱਠੇ ਓਣੇ ਵਿੱਚ ਬਣ ਗੱਠੇ ਦਾ ਮਤਲਬ ਇੱਥੇ ਗੰਡੇ ਵੀ ਹੋ ਸਕਦਾ ਆ ਲੱਸੀ ਦੇ ਚੱਕਰੇ ਚੱਕਰਾ ਮਿੱਟੀ ਦਾ ਬਰਤਨ ਜਿਹਦੇ ਚ ਲੱਸੀ ਪਾ ਕੇ ਖੇਤਾਂ ਦੇ ਵਿੱਚ ਲੈ ਕੇ ਜਾਇਆ ਜਾਂਦਾ ਸੀ ਨਾਮੋ ਨੇ ਉਚਕੇ ਤੇ ਚੁਕਚਾਪ ਕੀਤੀ ਘਰੋਂ ਨਿਕਲ ਤਰੀ ਰਾਹ ਵਿੱਚ ਪੀਤੋ ਨੂੰ ਵੀ ਆਵਾਜ਼ ਮਾਰ ਲਈ ਤੇ ਦੋਵੇਂ ਸਹੇਲੀਆਂ ਖੇਤਾਂ ਵਿੱਚ ਰੋਟੀ ਦੇਣ ਚੱਲ ਪਈਆਂ ਸੋ ਪੱਤਾ ਦਾ ਮਤਲਬ ਇਹ ਆ ਕਿ ਖੇਤਾਂ ਦੇ ਵਿੱਚ ਰੋਟੀ ਲੈ ਕੇ ਜਾਣੀ ਉਧਰ ਹਰਨਾਮ ਸਿੰਘ ਹਲ ਖਲਾਰ ਖਲਾਰ ਪਿੰਡ ਵੱਲ ਤੱਕ ਰਿਹਾ ਹੈ ਹਰਨਾਮ ਸਿੰਘ ਕੌਣ ਹੈ ਹੁਣ ਨਾਮੋਂ ਦਾ ਭਰਾ ਤੇ ਇਹ ਵੀ ਡਰ ਹੈ ਕਿ ਨਾਲ ਦੇ ਹਾਲੀ ਹਾਲੀ ਮਤਲਬ ਜਿਹੜਾ ਹਾਲ ਵਾਰਿਆ ਨਾਲ ਉਹਦੇ ਉਹਦਾ ਬਾਪੂ ਨੂੰ ਪਤਾ ਨਾ ਲੱਗ ਜਾਵੇ ਕਿ ਪਿਛਲਾ ਹਾਲ ਖੜ ਗਿਆ ਹੈ ਸੋ ਉਸ ਵੇਲੇ ਉਸ ਜ਼ਮਾਨੇ ਦੇ ਵਿੱਚ ਪਿਓ ਜਿਹੜੇ ਪੁੱਤ ਜਿਹੜੇ ਆ ਉਹ ਉਹ ਵੀ ਆਪਣੇ ਪਿਓਆਂ ਕੋਲੋਂ ਡਰਦੇ ਛੱਟ ਕੰਮ ਕਰਨ ਲੱਗੇ ਕਿਤੇ ਗਲਤੀ ਨਾ ਹੋ ਜਾਵੇ ਜਾਂ ਅਗਰ ਕੰਮ ਰੁਕ ਗਿਆ ਤਾਂ ਪਿਓ ਤੋਂ ਬਹੁਤ ਡਰ ਹੁੰਦਾ ਸੀ ਹਰਨਾਮ ਸਿੰਘ ਦੀ ਨਜ਼ਰ ਥੱਕ ਚੁੱਕੀ ਹੈ ਛੱਟਪਟ ਕਮਾਦ ਦੇ ਓਲਿਓ ਇੱਕ ਲੰਮੀ ਲਚਕੋਰੀ ਖਾਂਦੀ ਵਾਟੀ ਤੇੜ ਘਿਓ ਕ ਪੂਰੀ ਕੱਗਰਾ ਤੇ ਸਿਰ ਗੁਲਾਬੀ ਦੁਪੱਟਾ ਪੱਤਾ ਚੁੱਕੀ ਆਉਂਦੀ ਦਿਸਦੀ ਹੈ ਖਿਓਕ ਪੂਰੀ ਰੰਗ ਆ ਫਿੱਕਾ ਜਿਹਾ ਰੰਗ ਔ ਮੇਰੀ ਰੋਟੀ ਆਉਂਦੀ ਹੈ ਦਿਲ ਗਦਗਦ ਹੋ ਕੇ ਕਹਿੰਦਾ ਹੈ ਗਦਗਦ ਹੋ ਕੇ ਖੁਸ਼ ਹੋ ਕੇ ਕਹਿੰਦਾ ਹੈ ਇਹ ਸਿਰਫ ਪੱਤਾ ਹੀ ਨਹੀਂ ਸਗੋ ਤੜਕੇ ਹਣੀ ਉੱਠਣ ਕਰਕੇ ਵਸੂਲ ਨਾ ਹੋਈ ਪਿਆਰ ਦੀ ਆਖਰੀ ਕਿਸ਼ਤ ਵਿਆਜ ਨਾਲ ਲੱਦੀ ਆ ਰਹੀ ਹੈ ਹੁਣ ਹਰਨਾਮ ਸਿੰਘ ਦਾ ਨਵਾਂ ਨਵਾਂ ਵਿਆਹ ਹੋਇਆ ਹੈ ਤੇ ਉਸ ਵੇਲੇ ਸਾਂਝੇ ਕਰਨ ਦੇ ਵਿੱਚ ਪਤੀ ਪਤਨੀ ਨੂੰ ਬਹੁਤਾ ਸਮਾਂ ਨਹੀਂ ਸੀ ਮਿਲਦਾ ਗੱਲਾਂ ਕਰਨ ਦਾ ਇਸ ਕਰਕੇ ਉਹ ਆਪਣੀ ਪਤਨੀ ਦੀ ਉਡੀਕ ਕਰ ਰਿਹਾ ਹੈ ਖੇਤਾਂ ਦੇ ਵਿੱਚ ਤਾਂ ਕਿ ਉਹ ਆਪਣੀ ਪਤਨੀ ਦੇ ਨਾਲ ਕੁਝ ਗੱਲਾਂ ਕਰ ਸਕੇ ਅੱਖੀਆਂ ਤੋਂ ਲਹਿਦ ਸ਼ੁਰੂ ਹੋ ਕੇ ਵੱਖੀਆਂ ਕੂਲੀਆਂ ਵਿੱਚ ਤੀਲੰਗ ਦੀ ਪੱਟਾਂ ਵਿੱਚ ਉਤਰਦੀ ਹੈ ਤੇ ਮੁੜ ਉਤਾਣ ਨੂੰ ਚੜ ਜਾਂਦੀ ਹੈ ਦਿਲ ਵਿੱਚ ਚਟਕ ਨਹੀਂ ਹੁੰਦੀ ਹੈ ਖਾਲੀ ਉਧਰੋਂ ਮੂੰਹ ਪਰਤ ਕੇ ਬਲਦ ਨੂੰ ਪ੍ਰਾਣੀ ਮਾਰਦਾ ਤੇ ਲਲਕਾਰਦਾ ਹੈ ਉਹ ਖੇਤਾਂ ਵਿੱਚ ਛਾਲਵਾ ਰਿਹਾ ਹੈ ਹਲ ਉਸ ਵੇਲੇ ਬਲਦਾਂ ਨਾਲ ਹੀ ਵਾਹੇ ਜਾਂਦੇ ਸਨ ਤੇ ਇਸ ਤੋਂ ਉੱਪਰ ਵਾਲੀ ਲਾਈਨ ਦਾ ਮਤਲਬ ਇਹ ਹੈ ਕਿ ਉਹ ਉਸ ਆ ਰਹੀ ਔਰਤ ਨੂੰ ਸਿਰ ਤੋਂ ਲੈ ਕੇ ਤੇ ਪੈਰਾਂ ਤੱਕ ਬੜੀ ਨੀਜ਼ ਦੇ ਨਾਲ ਦੇਖਦਾ ਹੈ ਤੇ ਉਹ ਸੋਚਦਾ ਹੈ ਕਿ ਮੇਰੀ ਪਤਨੀ ਹੈ ਸਿਆੜ ਬੜੀ ਛੇਤੀ ਆ ਜਾਂਦਾ ਹੈ ਤੇ ਉਸੇ ਜਗ੍ਹਾ ਤੇ ਆ ਕੇ ਉਹੀ ਅਵਸਥਾ ਹੋ ਜਾਂਦੀ ਹੈ ਸਿਆੜ ਪਹਿਲੀ ਵੋਣਾ ਪੈਲੀ ਦੇ ਵਿੱਚ ਜਦੋਂ ਅਸੀਂ ਤੁਸੀਂ ਕਈ ਵਾਰ ਦੇਖਿਆ ਹੋਏਗਾ ਜਦੋਂ ਪੈਲੀ ਵਾਈ ਜਾਂਦੀ ਆ ਤੇ ਉਹਦੇ ਵਿੱਚ ਵੱਟਾਂ ਜੀਆਂ ਬਣੀਆਂ ਹੁੰਦੀਆਂ ਹੁੰਦੀਆਂ ਹੁਣ ਤਾਂ ਅਸੀਂ ਹਾਲ ਦੇ ਨਾਲ ਟਰੈਕਟਰ ਦੇ ਨਾਲ ਹਲਾ ਨਾਲ ਲਵਾਉਂਦੇ ਆ ਉਸ ਵੇਲੇ ਬਲਦਾਂ ਦੇ ਪਿੱਛੇ ਲੱਕੜ ਦਾ ਹੱਲ ਲਗਾਇਆ ਹੁੰਦਾ ਸੀ ਤੇ ਉਹਦੇ ਨਾਲ ਵਾਈ ਜਾਂਦੀ ਸੀ ਦੂਜਾ ਸਿਆੜ ਲਿਆ ਕੇ ਜਦੋਂ ਪਰਤ ਕੇ ਉਸੇ ਜਗ੍ਹਾ ਆਉਂਦਾ ਹੈ ਤਾਂ ਗੁਲਾਬੀ ਦੁਪੱਟੇ ਤੇ ਘੋਕ ਪੂਰੀ ਕਗਰੇ ਵਾਲੀ ਲਚਕੋਰੇ ਖਾਂਦੀ ਮੁਟਿਆਰ ਦੇ ਚਿਹਰੇ ਦੀ ਰਿਸ਼ਮ ਅੱਖੀਆਂ ਨਾਲ ਟਕਰਾਂਦੀ ਹੈ ਇਸ ਦਾ ਭਾਵ ਆ ਕਿ ਉਹ ਉਸ ਨੂੰ ਦੇਖਦਾ ਹੈ ਉਸ ਨੂੰ ਹੁਣ ਸ਼ਕਲ ਜਿਹੜੀ ਆ ਉਸ ਦੀ ਸਾਫ਼ ਸਪਸ਼ਟ ਨਜ਼ਰ ਆਉਣ ਲੱਗ ਜਾਂਦੀ ਹੈ ਅੱਖੀਆਂ ਬਿਜਲੀ ਨਾਲੋਂ ਤੇਜ਼ ਉੱਥੇ ਅੱਪੜਦੀਆਂ ਹਨ ਤੇ ਮੁਟਿਆਰ ਝਟ ਕਰਕੇ ਕੁੰਡ ਸਿੱਟ ਲੈਂਦੀ ਹੈ ਓਏ ਇਹ ਤਾਂ ਬੰਤੇ ਦੀ ਬਹੂ ਹੈ ਦਿਲ ਧਰਤੀ ਵਿੱਚ ਨਿਗਰਨ ਲੱਗਾ ਦੱਸ ਜਾਂਦਾ ਹੈ ਧਰਤੀ ਵਿੱਚ ਨਿਗਰਨ ਲੱਗਾ ਮਤਲਬ ਕਿ ਉਹਨੂੰ ਬਹੁਤ ਸ਼ਰਮ ਆਉਂਦੀ ਆ ਕਿਉਂਕਿ ਉਸ ਨੂੰ ਆਪਣੀ ਪਤਨੀ ਸਮਝਦਾ ਸੀ ਪਰ ਉਹ ਕਿਸੇ ਹੋਰ ਦੀ ਪਤਨੀ ਨਿਕਲ ਆਉਂਦੀ ਹੈ ਫੇਰ ਉਹੀ ਪੁਰਾਣੀ ਰਫ਼ਤਾਰ ਖੁੱਚਾਂ ਦੀ ਲਚਕ ਕਾਫੂਰ ਖੁੱਚਾਂ ਦੀ ਲਚਕਾ ਫੂਰਕ ਜਿਵੇਂ ਉਸ ਦੀਆਂ ਲੱਤਾਂ ਦੇ ਵਿੱਚ ਕੋਈ ਜਾਨ ਹੀ ਨਾ ਰਹੀ ਹੋਵੇ ਪੰਜ ਛੇ ਸਿਆੜ ਲਿਆ ਕੇ ਵਿਚਾਰਾਂ ਤਾਂਗਵਾਨ ਅੱਖੀਆਂ ਨੂੰ ਉਸ ਕਮਾਦ ਦੀ ਨੁੱਕਰ ਵੱਲ ਜਾਣ ਦੀ ਆਗਿਆ ਦੇ ਦਿੰਦਾ ਹੈ ਉਹ ਫਿਰ ਬਾਰ-ਬਾਰ ਕਮਾਦ ਕਮਾਦ ਇੱਕ ਉਹਨਾਂ ਦੇ ਖੇਤਾਂ ਨੂੰ ਅ ਰਸਤੇ ਦੇ ਵਿੱਚ ਉਹਨਾਂ ਦੇ ਖੇਤਾਂ ਦੇ ਵਿੱਚੋਂ ਦਿਖਾਈ ਦੇਣ ਵਾਲਾ ਨੁੱਕਰ ਤੇ ਕਮਾਦ ਸੀ ਜਿਸ ਤੋਂ ਪਰਾਂ ਹੋਰ ਕੁਝ ਨਹੀਂ ਦਿਖਦਾ ਕਮਾਦ ਦੇ ਲਾਗੂ ਜਿਹੜਾ ਆਉਂਦਾ ਸੀ ਉਹਨਾਂ ਦੀਆਂ ਪੈਲੀਆਂ ਤੋਂ ਦਿਖਾਈ ਦਿੰਦਾ ਸੀ। ਬਲਦ ਹੌਲੀ ਹੋ ਜਾਂਦੇ ਹਨ। ਦੋ ਕੁਪਾਲ ਦੇਖਣ ਬਾਅਦ ਨਿਰਾਸ਼ ਹੋ ਕੇ ਫਿਰ ਅੱਖੀਆਂ ਤੇ ਦਿਲ ਨੂੰ ਮੋੜ ਲੈਂਦਾ ਹੈ ਤੇ ਖਿਜ ਕੇ ਬਲਦ ਨੂੰ ਪ੍ਰਾਣੀ ਮਾਰਦਾ ਹੈ। ਲਲਕਾਰੇ ਦੀ ਤਾਂ ਇੱਕ ਨਿੰਮੋ ਜਿਹੀ ਟਿਚਕਾਰੀ ਹੀ ਨਿਕਲਦੀ ਹੈ। ਭਾਵੇਂ ਹੁਣ ਉਹਦੀਆਂ ਉਹਦਾ ਦਿਲ ਵੀ ਜਿਹੜਾ ਮਨ ਜਿਹੜਾ ਆ ਉਹਦਾ ਕੰਮ ਕਰਨ ਨੂੰ ਨਹੀਂ ਕਰਦਾ। ਸਾਥ ਹੱਥ ਦਾ ਨਹੀਂ ਦਿੰਦਾ। ਦਿਲ ਕਰਾਰਾ ਕਰਕੇ ਦੋ ਤਿੰਨ ਸਿਆੜ ਹੋਰ ਲਿਆਂਦੇ ਤੇ ਫਿਰ ਬਧੋ ਬਦੀ ਦਿਲ ਅੱਖੀਆਂ ਨੂੰ ਲੈ ਕੇ ਕਮਾਦੀ ਉਸੇ ਨੁਕਰੇ। ਅਤ ਕੀ ਜ਼ਰੂਰ ਆਸ ਪੂਰੀ ਹੋ ਪਲਕੂ ਬਾਦ ਜਦ ਅੱਖੀਆਂ ਕਿਧਰੇ ਹੋਰ ਪਾਸੇ ਗਾਂ ਪਛਾਂਚਾਤ ਮਾਰਨ ਨੂੰ ਤਿਆਰ ਹੋ ਰਹੀਆਂ ਹਨ ਤਾਂ ਕਮਾਦ ਦੀ ਨੁਕਰੋਂ ਛਟ ਕਰਕੇ ਇੱਕ ਲੰਮੀ ਲਚਕਦਾਰ ਪੁਤਲੀ ਨੇ ਮੋੜ ਲਿਆ ਹੈ ਪੁਤਲੀ ਪਤਲੀ ਜਈ ਮਟਿਆਰ ਪਰ ਇਹਦਾ ਕਗਰਾ ਕੋਈ ਕਿਓ ਕਪੂਰੀ ਨਹੀਂ ਕੋਈ ਹੋਰ ਹੀ ਰੰਗਦਾ ਹੈ ਉਹ ਵਾਟੀ ਦੇ ਰੋਜ਼ ਦੇ ਕਗਰੇ ਦਾ ਰੰਗ ਤੇ ਗੁਲਾਬੀ ਰੰਗ ਦੋ ਹੀ ਜਾਣਦਾ ਹੈ ਸ਼ਾਇਦ ਕਗਰਾ ਬਦਲ ਗਿਆ ਹੋਵੇ ਫਿਰ ਵੀ ਉਹ ਆਪਣੇ ਮਨ ਨੂੰ ਦਰਵਾਸ ਦਿੰਦਾ ਹੈ ਪਰ ਆਸਤਾਤਾਗਾ ਟੁੱਟ ਜਾਂਦਾ ਹੈ ਜਦ ਦੋ ਗੁੱਡੀਆਂ ਜੀਆਂ ਨਾਲ ਹੀ ਪਿੱਛੇ ਆਉਂਦੀਆਂ ਦਿਸਦੀਆਂ ਹਨ ਇਹ ਤਾਂ ਨਾਮੂ ਹੈ ਇੱਕ ਦਾੜ ਨੇ ਤਾਂ ਰੋਟੀ ਖਾਣ ਦੀ ਸਲਾਹ ਹੀ ਹਟਾ ਦਿੱਤੀ ਜਦੋਂ ਦੇਖਦਾ ਹੈ ਕਿ ਮੇਰੀ ਭੈਣ ਰੋਟੀ ਲੈ ਕੇ ਆ ਰਹੀ ਹੈ ਤਾਂ ਉਸ ਦੀ ਵਿਚਾਰੇ ਦੀ ਭੁੱਖ ਜਿਹੜੀ ਆ ਉਹ ਉੱਡ ਜਾਂਦੀ ਆ ਕਿਉਂਕਿ ਉਹ ਆਪਣੀ ਪਤਨੀ ਦੀ ਉਡੀਕ ਕਰ ਰਿਆ ਸੀ ਮਾਂ ਨੇ ਕੰਮ ਦੇ ਲਾਲਚ ਕਰਕੇ ਧੋਰੀ ਨਹੀਂ ਨਾਮੂ ਹੀ ਭੇਜਦੀ ਕੀ ਹੋ ਸਕਦਾ ਸੀ ਬਲਦ ਨੂੰ ਇੱਕ ਪ੍ਰਾਣੀ ਹੋਰ ਮਾਰ ਦਿੱਤੀ ਜਿਹੜੀ ਉਹਦੇ ਪੁੜੇ ਤੇ ਲੱਗੀ ਪੁੜਾ ਮਤਲਬ ਪਿੱਠ ਬਲਦ ਦੀ ਪਿੱਠ ਤੇ ਲੱਗੀ ਉਹ ਕੁਝ ਟੱਪ ਗਿਆ ਤੇ ਸਿਆੜ ਵਿੰਗਾ ਹੋ ਗਿਆ ਪਿਆ ਪਾੜਾ ਰਹਿ ਜਾਵੇ ਕਹਿ ਕੇ ਸਿਆੜ ਮਗਰ ਟੁਰ ਪਿਆ ਪਿਆ ਪਾੜਾ ਰਹਿ ਜਾਵੇ ਕਿ ਜਿਹੜੀ ਉਹ ਪਾਣੀ ਵਾਸਤੇ ਸਿਆੜ ਕੱਢੇ ਜਾਂਦੇ ਆ ਕਿ ਪਾਣੀ ਚੰਗੀ ਤਰ੍ਹਾਂ ਦਿੱਤਾ ਜਾਵੇ ਤੇ ਉਹ ਵਿੰਗਾ ਹੋ ਗਿਆ ਉਹਦਾ ਸਿਆੜ ਪਰ ਉਹ ਕਹਿੰਦਾ ਆ ਕਿ ਹੁਣ ਮੈਂ ਹੋਰ ਕੁਝ ਨਹੀਂ ਕਰਨਾ ਤੇ ਉਸੇ ਤਰ੍ਹਾਂ ਹੀ ਉਹ ਅੱਗੇ ਟੁਰ ਪੈਂਦਾ ਹੈ ਅੱਠ ਦਾ ਸਿਆੜ ਆ ਚੁੱਕੇ ਦਿਲ ਦੀ ਕਾਮਨਾ ਪੂਰੀ ਨਹੀਂ ਹੋਈ ਤਾਂ ਢਿੱਡ ਕਿਉਂ ਚੱਟੀ ਭਰੇ ਫਿਰ ਸੋਚਦਾ ਆ ਕਿ ਮੈਂ ਭੁੱਖਾ ਕਿਉਂ ਰਹਾ ਮੋੜ ਵਿਚਾਰੇ ਨੇ ਰਾਹ ਵੱਲ ਦੇਖਿਆ ਕਗਰੇ ਵਾਲੀ ਤਾਂ ਨਾਲ ਦੇ ਖੇਤ ਨੂੰ ਮੁੜ ਗਈ ਨਾਮੂ ਤੇ ਪਿੱਤੋ ਆ ਪੁੱਜੀਆਂ ਬਾਈ ਰੋਟੀ ਖਾ ਲੈ ਨਾਮੂ ਨੇ ਮਿੱਠੀ ਜਿਹੀ ਆਵਾਜ਼ ਚ ਪੁਕਾਰਿਆ ਖਾ ਲੈਨੇ ਆ ਆ ਸਿਆੜ ਲੈ ਆਈਏ ਹਰਨਾਮ ਸਿੰਘ ਨੇ ਭਰੀਆਂ ਰਗਾਂ ਨਾਲ ਜਵਾਬ ਦਿੱਤਾ ਸਿਆੜ ਆ ਗਿਆ ਤੇ ਪਿਓ ਪੁੱਤ ਹਲ ਛੱਡ ਕੇ ਰੋਟੀ ਖਾਣ ਬਹਿ ਗਏ ਹਰਨਾਮ ਸਿੰਘ ਨੂੰ ਤਾਂ ਹੱਥ ਧੋਣ ਦਾ ਵੀ ਖਿਆਲ ਨਹੀਂ ਆਇਆ ਪਿਓ ਵੀ ਜਾਣਦਾ ਹੈ ਕਿ ਬਉ ਨਾ ਆਉਣ ਨਾਲ ਮੁੰਡਾ ਕੁਝ ਢਿੱਲਾ ਹੋ ਗਿਆ ਹੈ ਨਾਮੂ ਪੁੱਤ ਰੋਟੀ ਆਪਦੀ ਭਾਬੀ ਨੂੰ ਦੇ ਕੇ ਕੱਲਿਆ ਘਰ ਤੂੰ ਲੱਸੀ ਥੋੜੀ ਲਿਆਉਣੀ ਐ ਬੜਾ ਚੱਕਰਾ ਚੱਕ ਨਹੀਂ ਹੁੰਦਾ ਇਹ ਲੱਸੀ ਤਾਂ ਅਸੀਂ ਹੁਣੇ ਹੀ ਪੀ ਜਾਾਂਗੇ ਨਹੀਂ ਬਾਪੂ ਅੱਜ ਭਾਬੀ ਦਾਣਾ ਦਲਦੀ ਸੀ ਦਾਣਾ ਮੁੱਕਿਆ ਹੋਇਆ ਸੀ ਇਸ ਕਰਕੇ ਨਹੀਂ ਆਈ ਹੁਣ ਇਹ ਪਿਉਤੀ ਦੀ ਗੱਲ ਐ ਫਿਰ ਉਸ ਦਾ ਪਿਤਾ ਉਸ ਨੂੰ ਕੀ ਕਹਿੰਦਾ ਨਾਮੋਂ ਦਾਣਾ ਦਾਣਾ ਅਸੀਂ ਖਰਾਸ ਦਲ ਦਿੰਦੇ ਖਰਾਸ ਨਕੀਆਂ ਚੱਕੀਆਂ ਜੜੀਆਂ ਘਰਾਂ ਦੇ ਵਿੱਚ ਲੱਗੀਆਂ ਹੁੰਦੀਆਂ ਸੀ ਪਰ ਉਹ ਜਿਵੇਂ ਇੰਜਨ ਨਾਲ ਚਲਦੀਆਂ ਸੀ ਕਹੀਂ ਆਪਦੀ ਮਾਂ ਨੂੰ ਛੋਲੇ ਸੁੱਕਣੇ ਪਾ ਛੱਡੇ ਅਸੀਂ ਅੱਜ ਦਾਣਾ ਦਲ ਦੇਾਂਗੇ ਹਰਨਾਮ ਸਿੰਘਾ ਹਾਲ ਅੱਜ ਪਮਾ ਸਾਜ ਰਹੀ ਛੱਡ ਦਈਏ ਬਈ ਦਾਣਾ ਜਾ ਕੇ ਦਲਣਾ ਹੈ ਉਹ ਆਪਣੇ ਪੁੱਤਰ ਨੂੰ ਕਹਿੰਦਾ ਆ ਕਿ ਆਪਾਂ ਹੁਣ ਅੱਜ ਜਲਦੀ ਘਰ ਚਲੇ ਜਾਣਾ ਆ ਹਰਨਾਮ ਸਿੰਘ ਨੂੰ ਅੱਜ ਬਾਪੂ ਸਭਨਾ ਦਿਨਾਂ ਨਾਲੋਂ ਚੰਗਾ ਲੱਗਾ ਚੰਗਾ ਤਾਂ ਆਪੇ ਲੱਗਣਾ ਸੀ ਕਿਉਂਕਿ ਉਹ ਅੱਜ ਜਲਦੀ ਘਰ ਲੈ ਕੇ ਜਾ ਰਿਹਾ ਸੀ ਉਸ ਨੂੰ ਜਾ ਉਸ ਦਿਨ ਚੰਗਾ ਲੱਗਾ ਸੀ ਜਿਸ ਦਿਨ ਉਸਦਾ ਵਿਆਹ ਸੀ ਤੇ ਬਾਪੂ ਨੇ ਕੱਪੜੀਆਂ ਨੂੰ 30 ਰੁਪਏ ਦਿੱਤੇ ਸਨ ਸੋਚੋ ਕਿਹੜੇ ਵੇਲੇ ਦੀ ਗੱਲ ਐ ਜਦੋਂ 30 ਰੁਪਏ ਦੇ ਵਿੱਚ ਵਿਆਹ ਵਾਲੇ ਮੁੰਡੇ ਦੇ ਕੱਪੜੇ ਬਣ ਜਾਂਦੇ ਸੀ ਪਰ ਉਹ ਚੰਗਾ ਕਿਹਾ ਕਿ ਚੁੱਪ ਹੋ ਗਿਆ ਦਿਲ ਵਿੱਚ ਕੁਝ ਵੜ ਗਿਆ ਜਿਹੜਾ ਮਾਂ ਦੇ ਖਿਲਾਫ ਪੁਰਾਣੀਆਂ ਸਭ ਗੱਲਾਂ ਦੀ ਗਠੜੀ ਝਟਪਟ ਖੋਲਣ ਲੱਗ ਪਿਆ ਹੁਣ ਅੱਜ ਉਹਨੂੰ ਆਪਣਾ ਬਾਪੂ ਚੰਗਾ ਲੱਗ ਰਿਹਾ ਸੀ ਤੇ ਮਾਂ ਨਹੀਂ ਸੀ ਚੰਗੀ ਲੱਗ ਰਹੀ ਕਿਉਂਕਿ ਮਾਂ ਨੇ ਉਹਦੀ ਵੋਟੀ ਨੂੰ ਕੰਮ ਦੇ ਲਾਲਚ ਕਰਕੇ ਖੇਤਾਂ ਦੇ ਵਿੱਚ ਨਹੀਂ ਭੇਜਿਆ ਤੁਸੀਂ ਬਾਪੂ ਹੁਣੇ ਰੋਟੀ ਖਾ ਲਓ ਅਸੀਂ ਗਾਂਹਾ ਪੀਤੋ ਕੀ ਰੋਟੀ ਦੇ ਆਈਏ ਨਾਮੋ 2 ਕੁ ਮਿੰਟ ਬਾਅਦ ਬੋਲੀ ਪੀਤੋ ਕਾ ਮੁਰੱਬਾ ਅਗਲਾ ਸੀ ਮੁਰੱਬਾ ਦਾ ਮਤਲਬ ਜ਼ਮੀਨ ਪੀਤੋ ਨੂੰ ਪਤਾ ਨਹੀਂ ਸੀ ਕਿਉਂ ਉਹਦੀ ਪਰਝਾਈ ਰੋਟੀ ਦੇਣ ਖੇਤ ਨਹੀਂ ਸੀ ਜਾਇਆ ਕਰਦੀ ਹੁਣ ਬੱਚੇ ਇੱਥੇ ਇੱਕ ਲਾਈਨ ਜਿਹੜੀ ਆ ਉਹ ਮਿਸਾ ਤੁਹਾਡੀ ਕਹਾਣੀ ਦੇ ਵਿੱਚ ਹੁਣ ਇਸ ਤੋਂ ਪਹਿਲਾਂ ਜਿਹੜਾ ਆ ਉਹ ਨਾਮੋ ਦਾ ਪਿਤਾ ਜਿਹੜਾ ਆ ਉਹ ਪੀਤੋ ਨੂੰ ਪੁੱਛਦਾ ਆ ਕਿ ਤੇਰੀ ਭਾਬੀ ਰੋਟੀ ਖੇਤ ਕਿਉਂ ਨਹੀਂ ਲੈ ਕੇ ਉਨਦੀ ਸੋ ਪੀਤੋ ਕਹਿੰਦੀ ਆ ਪੀਤੋ ਨੂੰ ਨਹੀਂ ਸੀ ਪਤਾ ਕਿ ਉਹਦੀ ਭਾਬੀ ਖੇਤੀ ਖੇਤ ਰੋਟੀ ਲੈ ਕੇ ਕਿਉਂ ਨਹੀਂ ਸੀ ਆਇਆ ਕਰਦੀ ਉਸਦਾ ਭਰਾ ਕਾਲਜ ਪੜ੍ਹਦਾ ਸੀ ਤੇ ਪਿਓ ਹੀ ਕੰਮਿਆਂ ਨਾਲ ਹਲ ਵਾਹੁੰਦਾ ਸੀ ਉਹਨਾਂ ਦੀ ਰੋਟੀਆਂ ਪੀਤੋ ਦੀ ਮਾਂ ਲੈ ਕੇ ਜਾਂਦੀ ਸੀ ਜਾਂ ਜਿਸ ਦਿਨ ਪਿਓ ਹਾਲ ਨਾ ਜਾਵੇ ਉਹ ਜਾਂਦਾ ਸੀ ਤੇ ਕਦੇ-ਕਦਾਈਂ ਪੀਤੋ ਵੀ ਪੀਤੋ ਦੀ ਰੋਲ ਵੀ ਆ ਜਾਂਦੀ ਸੀ ਰੋਲ ਦਾ ਮਤਲਬ ਵਾਰੀ ਨਾਮੋ ਦੇ ਬਾਪੂ ਨੂੰ ਵੀ ਪਤਾ ਸੀ ਕਿ ਜੇ ਮੁੰਡਾ ਹਾਲੀ ਨਾ ਹੋਵੇ ਤਾਂ ਵਾਟੀ ਰੋਟੀ ਲੈ ਕੇ ਨਹੀਂ ਜਾਂਦੀ ਪਰ ਉਹਨੇ ਇਹ ਸਵਾਲ ਸਿਰਫ ਪੀਤੋ ਨਾਲ ਗੱਲਾਂ ਕਰਨ ਦੀ ਖਾਤਰ ਹੀ ਕੀਤਾ ਸੀ ਪਤਾ ਨਹੀਂ ਚਾਚਾ ਪੀਤੋ ਨੇ ਅੱਗੇ ਨਾਲੋਂ ਵੀ ਮਿੱਠੀ ਹੋ ਕੇ ਜਵਾਬ ਦਿੱਤਾ ਦੋਵੇਂ ਪਿਓ ਪੁੱਤ ਮੁਸਕਰਾਏ ਪਰ ਨਾਮੋ ਤੇ ਪੀਤੋ ਦੋਹਾਂ ਨੂੰ ਅੰਦਰਲੇ ਭਾਵ ਦਾ ਪਤਾ ਨਾ ਲੱਗਾ ਤੇਰੀ ਭਾਬੀ ਪੀਤੋ ਪੜੇ ਹੋਏ ਦੀ ਬਹੂ ਐ ਉਹ ਨਹੀਂ ਰੋਟੀ ਲੈ ਕੇ ਜਾਂਦੀ ਨਾਮੋ ਦੇ ਬਾਪੂ ਨੇ ਗੱਲ ਚਬਾ ਕੇ ਕਿਹਾ ਨਹੀਂ ਬੇਬੇ ਨੇ ਕਦੇ ਉਹਨੂੰ ਕਿਹਾ ਹੀ ਨਹੀਂ ਪੀਤੋ ਨੇ ਆਪਣੀ ਪਰਜਾਈ ਦੇ ਪੱਖ ਵਿੱਚ ਕਿਹਾ ਪਰ ਫਿਰ ਚਾਚੇ ਦੀ ਅਕਲ ਲੱਗੇ ਆਪਣੀ ਅਕਲ ਨੂੰ ਨਿਵਾ ਕੇ ਕਹਿ ਦਿੱਤਾ ਪਤਾ ਨਹੀਂ ਐਵੇਂ ਹੀ ਹੋ ਹੁਣ ਇੱਥੇ ਇੱਕ ਗੱਲ ਹੋਰ ਬੇਟਾ ਪੱਤਾ ਜਿਹੜਾ ਆ ਖੇਤਾਂ ਦੇ ਵਿੱਚ ਰੋਟੀ ਲੈ ਕੇ ਜਾਣਾ ਅਕਸਰ ਹੀ ਉਹ ਪਤਨੀਆਂ ਰੋਟੀ ਲੈ ਕੇ ਜਾਇਆ ਕਰਦੀਆਂ ਸਨ ਅਗਰ ਜੇਕਰ ਪਤਨੀ ਨਾ ਹੋਵੇ ਤਾਂ ਫਿਰ ਘਰ ਦੀ ਕੋਈ ਹੋਰ ਔਰਤ ਰੋਟੀ ਲੈ ਕੇ ਜਾਂਦੀ ਸੀ ਪਰ ਜਿਸ ਦਾ ਪਤੀ ਖੇਤਾਂ ਵਿੱਚ ਕੰਮ ਨਹੀਂ ਕਰਦਾ ਉਹ ਔਰਤ ਕਦੀ ਵੀ ਰੋਟੀ ਲੈ ਕੇ ਕਿਸੇ ਹੋਰ ਦੀ ਖੇਤਾਂ ਵਿੱਚ ਨਹੀਂ ਸੀ ਜਾਂਦੀ ਸੋ ਇਸੇ ਤਰ੍ਹਾਂ ਪੀਤੋ ਦਾ ਭਰਾ ਕਾਲਜ ਪੜਦਾ ਸੀ ਇਸ ਕਰਕੇ ਪੀਤੋ ਦੀਪਾ ਪੀ ਖੇਤ ਰੋਟੀ ਲੈ ਕੇ ਨਹੀਂ ਸੀ ਆਉਂਦੀ ਕਿਉਂਕਿ ਉਹਦਾ ਪਤੀ ਖੇਤਾਂ ਦੇ ਵਿੱਚ ਕੰਮ ਨਹੀਂ ਸੀ ਕਰਦਾ ਪਿਓ ਪੁੱਤ ਦੋਵੇਂ ਹੱਸ ਪਏ ਤੇ ਨਾਮੋ ਤੇ ਪੀਤੋ ਵੀ ਕੁਝ ਮੁਸਕਰਾਇਆ ਇਸ ਤੇ ਹਰਨਾਮ ਸਿੰਘ ਹੁਣੀ ਤਾਂ ਰੋਟੀ ਖਾਂਦੇ ਰਹੇ ਤੇ ਨਾਮੋ ਤੇ ਪੀਤੋ ਵੀ ਕੁਝ ਇਸ ਤੇ ਹਰਨਾਮ ਸਿੰਘ ਹੁਣੀ ਤਾਂ ਰੋਟੀ ਖਾਂਦੇ ਰਹੇ ਤੇ ਨਾਮੋ ਤੇ ਪੀਤੋ ਪੀਤੋ ਕੇ ਮਰੱਬੇ ਨੂੰ ਤੁਰ ਪਈਆਂ ਇੱਕ ਕਿੱਲੇ ਕੁਦੀ ਵਿੱਤ ਤੇ ਜਾ ਕੇ ਪੀਤੋ ਨੇ ਨਾਮੋ ਨੂੰ ਪੁੱਛਿਆ ਕੁੜੇ ਕਾਤੇ ਤੇਰੀ ਭਾਬੀ ਰੋਟੀ ਦੇਣ ਨਹੀਂ ਆਉਂਦੀ ਨਾਮੂ ਨੂੰ ਵੀ ਪਤਾ ਨਹੀਂ ਸੀ ਪਰ ਉਹਨੇ ਇੱਕ ਤਰਕੀਬ ਸੋਚੀ ਭਲਕੇ ਪੀਤੋ ਤੂੰ ਆਪਦੀ ਭਾਬੀ ਨੂੰ ਰੋਟੀ ਲੈ ਕੇ ਦੇਣ ਆਈ ਮੈਂ ਵੀ ਆਪਦੀ ਭਾਬੀ ਨਾਲ ਆਉਂਗੀ ਜੇ ਤੇਰੀ ਭਾਬੀ ਨਾ ਤੁਰੀ ਤਾਂ ਪੁੱਛੀ ਕਾਤੋਂ ਨਹੀਂ ਤੁਰਦੀ ਚੰਗਾ ਪੀਤੋ ਨੂੰ ਵੀ ਗੱਲ ਕੁਝ ਜੱਜ ਗਈ ਪਰ ਫਿਰ ਬੋਲੀ ਤੇਰੀ ਮਾਂ ਨੇ ਤੁਹਾਨੂੰ ਦੋਹਾਂ ਨੂੰ ਨਹੀਂ ਤੋੜਨਾ ਕਹੋ ਇੱਕ ਜਾਣੇ ਜਾਓ ਨਾਮੂ ਨੂੰ ਵੀ ਐਵੇਂ ਹੀ ਜਾਪੀ ਤੇ ਹੋਰ ਗੱਲ ਅੱਗੇ ਨਾ ਕੀਤੀ ਪੀਤਕ ਪੀਤੋ ਦੇ ਖੇਤਾਂ ਵਿੱਚ ਪੀਤੋ ਦਾ ਬਾਪੂ ਤੇ ਕੋ ਕਾਮੇ ਕੋ ਕਾਮੇ ਨਹੀਂ ਦੋ ਕਾਮੇ ਹਲ ਵਾ ਰਹੇ ਸਨ ਪੀਤੋ ਨੂੰ ਦੇਖ ਕੇ ਸਾਰੇ ਖੁਸ਼ ਹੋ ਗਏ ਪੀਤੋ ਅੱਜ ਰੋਟੀ ਲੈ ਕੇ ਆਈ ਹੈ ਇੱਕ ਬੋਲਿਆ ਕੁੜੇ ਥੱਕ ਤਾਂ ਨਹੀਂ ਗਈ ਦੂਜੇ ਨੇ ਕੋਲੋਂ ਕਿਹਾ ਨਾਮੋਂ ਨੂੰ ਪਾਸਿਆ ਪਾਸਿਆ ਮਤਲਬ ਜਾਪਿਆ ਕਿ ਪੀਤੋ ਨੂੰ ਸਭ ਪੁਚਕਾਰਦੇ ਤੇ ਪਿਆਰਦੇ ਹਨ ਪਰ ਉਹਦੀ ਕੋਈ ਪਰਵਾਹ ਨਹੀਂ ਕਰਦਾ ਉਹਦਾ ਦਿਲ ਕੁਝ ਉਦਾਸ ਜਿਹਾ ਹੋ ਗਿਆ ਪੀਤੋ ਨੇ ਕਾਮਿਆਂ ਦੀ ਖੁਸ਼ਾਮਦ ਤੇ ਨਾਮੋਂ ਦੀ ਉਦਾਸੀ ਕੁਝ ਨਾ ਗੋਲਿਆ ਗੋਲਿਆ ਮਤਲਬ ਧਿਆਨ ਨਾ ਦਿੱਤਾ ਉਹ ਛੱਡ ਰੋਟੀਆਂ ਫੜਾ ਮੁੜ ਪਈਆਂ ਭਾਂਡੇ ਆਪੇ ਬਾਪੂ ਲੈ ਆਉਂ ਰਾਹ ਵਿੱਚ ਨਾਮੋਂ ਕੇ ਮੁਰੱਬਿਓਂ ਗੜਵਾ ਨਾਮੋਂ ਨੇ ਫੜ ਲਿਆ ਤੇ ਦੋਵੇਂ ਘਰਾਂ ਵੱਲ ਮੁੜ ਪਈਆਂ ਕੁੜੇ ਭਲਕੇ ਵੀ ਰੋਟੀ ਦੇਣ ਤੂੰ ਹੀ ਆਵੇਂਗੀ ਨਾਮੋਂ ਨੇ ਪੀਤੋ ਕੋਲੋਂ ਪੁੱਛਿਆ ਨਹੀਂ ਭੈਣੇ ਮੈਂ ਤਾਂ ਅੱਜ ਥੱਕ ਗਈ ਪੀਤੋ ਥਿ ਕਿਵੇਂ ਦਾ ਸਾਹ ਭਰ ਕੇ ਬੋਲੀ ਕੇ ਬਹਿ ਕੇ ਰਾਮ ਲੈ ਲਈਏ ਰਾਮ ਲਾਲ ਲਈ ਮਤਲਬ ਕੰਦੀ ਥੋੜਾ ਜਿਹਾ ਆਰਾਮ ਕਰ ਲਈਏ ਮੈਂ ਤਾਂ ਇੰਨਾ ਤੁਰ ਤੁਰ ਕੇ ਥੱਕ ਗਈ ਆ ਕਿਉਂਕਿ ਉਸ ਨੂੰ ਆਦਤ ਨਹੀਂ ਸੀ ਰੋਜ਼ ਰੋਟੀ ਲੈ ਕੇ ਆਉਣ ਦੀ ਔਸਟਾਲੀ ਦੀ ਸ਼ਾਮੇ ਬੈਠਾਂਗੇ ਨਾਮੋ ਨੇ ਇੱਕ ਟਾਲੀ ਵੱਲ ਜੋ ਦੋ ਕੁ ਕਿੱਲੇ ਦੀ ਵਿੱਤੇ ਸੀ ਉਂਗਲ ਕਰਕੇ ਕਿਹਾ ਜਦ ਉਸ ਟਾਲੀ ਹਿੱਟ ਆਪਣੀਆਂ ਤਾਂ ਪੀਤੋ ਛਟ ਨਾਲ ਬੈਠ ਗਈ ਨਾਮੋ ਵੀ ਬੈਠ ਗਈ ਪੀਤੋ ਤੂੰ ਤਾਂ ਬੜੀ ਛੇਤੀ ਥੱਕ ਗਈ ਨਾਮੋ ਨੇ ਕਿਹਾ ਐਡੀ ਛੇਤੀ ਥੱਕ ਜਾਈਦਾ ਮੈਂ ਤਾਂ ਕੋ ਤੁਰ ਕੇ ਨਾ ਥੱਕਾ ਕੋ ਦਾ ਮਤਲਬ ਆ ਲਗਭਗ ਡੇਡ ਪੌਣੇ 2 ਮੀਲ ਕਹਿ ਸਕਦੇ ਹੋ ਤੁਸੀਂ ਕੋ ਉਸ ਵੇਲੇ ਮੈਰਮੈਂਟ ਹੁੰਦਾ ਸੀ ਰਸਤੇ ਨੂੰ ਮਾਪਣ ਦਾ ਅੱਜ ਅਸੀਂ ਕਿਲੋਮੀਟਰ ਜਾਂ ਮੀਟਰਾਂ ਵਿੱਚ ਸ਼ਮਾਪਦੇ ਹਾਂ ਉਸ ਵੇਲੇ ਲੋਕ ਕੋ ਵਿੱਚ ਮਾਪਦੇ ਸੀ ਪਰ ਉਹਨਾਂ ਲੋਕਾਂ ਨੂੰ ਕੋ ਦਾ ਪਤਾ ਨਹੀਂ ਸੀ ਹੁੰਦਾ ਕਿ ਉਹ ਕਿੰਨਾ ਗਿਆ ਗੈਸ ਸਿਰਫ ਉਹਨਾਂ ਦਾ ਅੰਦਾਜ਼ਾ ਹੁੰਦਾ ਸੀ ਹੁਣ ਤੱਕ ਉਹ ਕੋ ਦੀ ਵਿਥੋਂ ਵੱਧ ਤੁਰ ਚੁੱਕੀਆਂ ਸਨ ਜਿਵੇਂ ਨਾਮੋ ਦੇ ਕੇਸ ਵਿੱਚ ਇੱਥੇ ਆ ਕਿ ਉਹ ਕਹਿੰਦੀ ਮੈਂ ਤਾਂ ਕੋ ਤੁਰ ਕੇ ਨਾ ਥੱਕਾਂ ਹਾਲਾਂਕਿ ਉਹ ਕੋ ਨਾਲੋਂ ਕਿੰਨਾ ਵੱਧ ਤੁਰ ਕੇ ਆ ਚੁੱਕੀਆਂ ਸਨ ਪਰ ਨਾ ਮੋਂਦੇ ਕੋ ਦਾ ਅਰਥ ਕੋਈ ਥਕਾ ਦੇਣ ਵਾਲੀ ਪੰਡ ਸੀ ਉਹ ਕਹਿੰਦੀ ਮੈਂ ਤਾਂ ਇੰਨਾ ਚੱਲ ਕੇ ਵੀ ਨਹੀਂ ਥੱਕੀ ਭੈਣੇ ਮੈਂ ਤਾਂ ਥੱਕ ਗਈ ਮੇਰਾ ਤਾਂ ਜਾਣੀ ਸਿਰ ਘੁੰਮਦਾ ਪੀਤੋ ਨੇ ਸਿਰ ਨੂੰ ਫੜ ਕੇ ਕਿਹਾ ਹੁਣ ਪੀਤੋ ਭਾਬੀ ਨੇ ਇੱਕ ਬਾਗ ਲਾ ਲੈਣਾ ਦੋਵੇਂ ਬੈਠੀਆਂ ਕੀ ਗੱਲਾਂ ਕਰਦੀਆਂ ਆ ਹੁਣ ਉੱਥੇ ਬੈਠ ਕੇ ਬਾਗ ਫੁਲਕਾਰੀ ਦੀ ਇੱਕ ਕਿਸਮ ਜਿਹੜਾ ਸਾਰਾ ਹੀ ਕੱਢਿਆ ਹੁੰਦਾ ਹੈ ਜਿਹਦੇ ਥੱਲੇ ਉਹ ਕਪੜਾ ਵੀ ਨਜ਼ਰ ਨਹੀਂ ਆਉਂਦਾ ਉੱਪਰ ਪੂਰੀ ਕਢਾਈ ਹੁੰਦੀ ਹੈ ਮਾਂ ਕਹਿੰਦੀ ਹੈ ਤੂੰ ਉਹਦੇ ਵਾਲਾ ਚਰਖਾ ਲੈ ਲੈ ਤੇ ਕੱਤਿਆ ਕਰੀ ਕਦੇ ਥੋਡੇ ਘਰ ਸ਼ੋਪ ਪਾ ਲਿਆ ਕਰਾਂਗੇ ਕਦੇ ਸਾਡੇ ਘਰ ਸ਼ੋਪ ਪਾ ਲਿਆ ਕਰਾਂਗੇ ਕਢਾਈ ਕਰ ਲਿਆ ਕਰਾਂਗੇ ਨਾਮੋ ਨੇ ਸਮਝੋ ਪੀਤੋਂ ਨੂੰ ਦਰਖਾਸਤ ਕੀਤੀ ਦਰਖਾਸਤ ਬੇਨਤੀ ਕੀਤੀ ਕਿ ਕਦੀ ਤੁਹਾਡੇ ਘਰ ਆ ਜਾ ਕਰਾਂਗੇ ਕਦੀ ਸਾਡੇ ਘਰ ਤੁਹਾਡੇ ਘਰ ਭੈਣੇ ਤੇਰੀ ਮਾਂ ਤੋਂ ਡਰ ਲੱਗਦਾ ਸਾਡੇ ਘਰ ਹੀ ਆ ਜਾ ਕਰੀ ਪੀਤੋਂ ਨੇ ਕੁਝ ਮੜਕ ਨਾਲ ਜਵਾਬ ਦਿੱਤਾ ਮੜਕ ਥੋੜੀ ਜੀ ਆਕੜ ਰੱਖ ਕੇ ਚੰਗਾ ਫਿਰ ਕਦੇ-ਕਦੇ ਸਾਡੇ ਘਰ ਵੀ ਪਾ ਲਿਆ ਕਰਾਂਗੇ ਕਦੇ-ਕਦੇ ਨੂਨੀ ਮੇਰੀ ਮਾਂ ਕੁਝ ਕਹਿੰਦੀ ਨਾਮੋ ਨਿਹਾਰ ਮੰਨ ਕੇ ਕਿਹਾ ਕਿਉਂਕਿ ਉਸ ਨੂੰ ਪਤਾ ਸੀ ਉਸ ਦੀ ਮਾਂ ਬੜੀ ਡੱਡੀ ਐ ਤੇ ਪੀਤੋ ਵੀ ਡਰਦੀ ਸੀ ਉਸ ਦੀ ਮਾਂ ਕੋਲੋਂ ਨਾਮੋ ਤੇਰੀ ਭਾਬੀ ਕਹੀ ਐ ਪੀਤੋ ਨੇ ਆਪਣੀ ਵਡਿਆਈ ਜਤਾਉਣ ਲਈ ਪੁੱਛਿਆ ਵਡਿਆਈ ਜਤਾਉਣ ਲਈ ਮਤਲਬ ਗੱਲ ਅੱਗੇ ਤੋਰਨ ਲਈ ਵੱਡੇ ਆਪਣੇ ਆਪਣੇ ਆਪ ਨੂੰ ਸਿਆਣੀ ਕਹਾਉਣ ਦੇ ਨਾਤੇ ਉਸ ਨਾਲ ਗੱਲ ਕੀਤੀ ਤੇਰੇ ਨਾਲ ਚੰਗਾ ਵਰਤਦੀ ਐ ਹੁਣ ਦੋਹਾਂ ਦੇ ਭਰਾਵਾਂ ਦੇ ਵਿਆਹ ਹੋਏ ਸੀ ਇਸ ਕਰਕੇ ਉਹ ਉਸ ਦੀ ਭਾਬੀ ਬਾਰੇ ਉਹਨੂੰ ਪੁੱਛਦੀ ਆ ਚੰਗਾ ਹੀ ਐ ਨਾਮੋ ਨੇ ਜਵਾਬ ਦਿੱਤਾ ਨਾਮੋ ਪਰਜਾਈ ਵੱਲੋਂ ਹਾਲੇ ਨਿਰਾਸ਼ ਨਹੀਂ ਸੀ ਹੋਈ ਹਾਲੇ ਤਾਂ ਚੰਗੀ ਐ ਅੱਗੇ ਦਾ ਪਤਾ ਨਹੀਂ ਮੇਰੀ ਭਾਬੀ ਤਾਂ ਭਾਈ ਬੜੀ ਚੰਗੀ ਐ ਪੀਤੋ ਫਿਰ ਵਡਿਆਈ ਵਿੱਚ ਆ ਕੇ ਬੋਲੀ ਹੁਣ ਉਹ ਆਪਣੀ ਭਾਬੀ ਦੀ ਵਡਿਆਈ ਕਰਦੀ ਆ ਪੀਤੋ ਕੀ ਕਹਿੰਦੀ ਇੱਕ ਬਾਗ ਗੁੱਲ ਖਹਿਰਿਆਂ ਦਾ ਤਾਂ ਬੰਨੇ ਵੀ ਲਾ ਲਿਆ ਫਿਰ ਬਾਗ ਫੁਲਕਾਰੀ ਦੀ ਕਿਸਮ ਗੁੱਲ ਖਹਿਰਿਆਂ ਦਾ ਗੁਲ ਦਾ ਮਤਲਬ ਹੁੰਦਾ ਫੁੱਲ ਗੁਲ ਖਹਿਰਿਆਂ ਦਾ ਉਹ ਬਾਗ ਜਿੱਤੇ ਫੁੱਲਾਂ ਵਾਲੇ ਡਿਜ਼ਾਈਨ ਬਣੇ ਹੋਣ ਬੰਨੇ ਲਾ ਲਿਆ ਖਤਮ ਕਰ ਲਿਆ ਤੇ ਕਹਿੰਦੀ ਹੈ ਬੀਬੀ ਪੇਕਿਆਂ ਤੋਂ ਮੈਂ ਸਰਪੱल्लू ਕੱਢ ਕੇ ਲਿਆਉ ਸਰਪੱल्लू ਸਿਰ ਤੇ ਲੈਣ ਵਾਲਾ ਉਹ ਕਪੜਾ ਜਿਹਦੇ ਉਸ ਹਿੱਸੇ ਤੇ ਸਿਰਫ ਕਢਾਈ ਹੁੰਦੀ ਹੈ ਜਿਹੜਾ ਸਿਰ ਤੇ ਆਵੇ ਤੇ ਉਸਦੇ ਪੱਲਿਆਂ ਤੇ ਕਿਨਾਰਿਆਂ ਤੇ ਕਢਾਈ ਹੁੰਦੀ ਉਸ ਨੂੰ ਸਰਪੱल्लू ਕਿਹਾ ਜਾਂਦਾ ਹੈ ਤੈਨੂੰ ਤਾਂ ਸਰਪੱਲੂਆਂ ਦੀ ਲੱਗੀ ਰਹਿੰਦੀ ਐ ਨਾਮੋ ਦੀ ਵੀ ਚੱਲ ਗਈ ਤੇਰਾ ਤਾਂ ਹੁਣੇ ਮੁਕਲਾਵਾ ਜਾਣ ਨੂੰ ਜੀ ਕਰਦਾ ਮੁਕਲਾਵਾ ਜਾਣ ਨੂੰ ਮਤਲਬ ਵਿਆਹ ਕਰਾਉਣ ਨੂੰ ਕਿਉਂਕਿ ਉਸ ਵੇਲੇ ਕੁੜੀਆਂ ਕਢਾਈ ਕਰਦੀਆਂ ਸਨ ਚਰਖਾ ਕੱਟਦੀਆਂ ਸਨ ਤੇ ਉਹ ਆਪਣੇ ਦਾਜ ਦਾ ਸਮਾਨ ਤਿਆਰ ਕਰਦੀਆਂ ਸਨ ਕਿਧਰੇ ਦੀ ਕਿਧਰੇ ਹੀ ਗੱਲ ਲੈ ਜਾਂਦੀ ਐ ਪੀਤੋ ਨੇ ਸ਼ਰਮਿੰਦੀ ਹੋ ਕੇ ਜਵਾਬ ਦਿੱਤਾ ਚੰਗਾ ਫਿਰ ਉੱਠ ਚੱਲੀਏ ਧੁੱਪ ਚੜਦੀ ਐ ਨਾਮੋ ਇਹ ਕਹਿ ਕੇ ਗੜਵਾ ਚੁੱਕੇ ਉੱਠ ਖੜੀ ਹੋਈ ਪੀਤੋ ਵੀ ਉੱਠੀ ਤੇ ਦੋਵੇਂ ਘਰਾਂ ਵੱਲ ਟੁਰ ਪਈਆਂ ਉਡੇ ਆਪਾਂ ਇਸ ਬੁਢੀ ਨੂੰ ਨਾਲ ਰਲਾ ਲਈਏ ਵੀ ਤੋਂ ਦੋ ਕੁ ਕਦਮ ਤੁਰ ਕੇ ਇੱਕ ਪਿੱਛੇ ਆਉਂਦੀ ਬੁੱਢੀ ਵੱਲ ਇਸ਼ਾਰਾ ਕਰਕੇ ਬੋਲੀ ਕੱਲੀਆਂ ਨੂੰ ਤਾਂ ਆਪਾਂ ਨੂੰ ਸੜਕ 'ਚੋਂ ਡਰ ਲੱਗੂ ਰਾਹ ਵਿੱਚ ਇੱਕ ਜਰਨੈਲੀ ਸੜਕ ਸੀ ਜਰਨੈਲੀ ਸੜਕ ਮਤਲਬ ਜੀਟੀ ਰੋਡ ਜਿੱਥੇ ਆਵਾਜ਼ਾਈ ਜਿਹੜੀ ਆ ਉਹ ਬਹੁਤ ਘੱਟ ਹੁੰਦੀ ਆ ਜਿੱਥੋਂ ਪਿੰਡ ਦੇ ਅਿਆਂਣੇ ਬੜਾ ਡਰਦੇ ਸਨ ਅਿਆਂਣੇ ਮਤਲਬ ਨਿਆਣੇ ਕਿਉਂਕਿ ਉੱਥੋਂ ਕਈ ਕਿਸਮ ਦੇ ਲੋਕ ਜਾਂਗਲੀ ਤੇ ਰਾਸ਼ੇ ਲੰਘਦੇ ਸਨ ਹੁਣ ਇਹ ਬਾਹਰ ਦੇ ਲੋਕ ਆ ਜਿਹੜੇ ਪਿੰਡ ਦੇ ਵਿੱਚ ਕਦੀ ਕਦਾਈਂ ਆਉਂਦੇ ਸੀ ਜਿਹੜੇ ਪਿੰਡ ਦੇ ਲੋਕ ਨਹੀਂ ਸੀ ਪਿੰਡ ਦੇ ਬੱਚਿਆਂ ਪਿੰਡ ਦੇ ਲੋਕਾਂ ਨੂੰ ਬੱਚਿਆਂ ਦਾ ਪਤਾ ਹੁੰਦਾ ਹੈ ਤੇ ਬੱਚਿਆਂ ਨੂੰ ਵੀ ਪਿੰਡ ਦੇ ਲੋਕਾਂ ਦਾ ਪਤਾ ਹੁੰਦਾ ਆ ਪਰ ਜਿਹੜੇ ਮੁੱਖ ਸੜਕ ਦੇ ਉੱਪਰ ਆਮ ਲੋਕ ਵਪਾਰੀ ਲੋਕ ਜਿਹੜੇ ਆਉਂਦੇ ਸੀ ਜਾਂਗਲੀ ਤੇ ਰਾਸ਼ੇ ਰਾਸ਼ੇ ਕਿਹਾ ਜਾਂਦਾ ਜਿਵੇਂ ਕਸ਼ਮੀਰੀ ਆ ਇੱਧਰ ਆਪਣੇ ਸ਼ਾਲ ਵਗੈਰਾ ਲੈ ਕੇ ਆਉਂਦੇ ਆ ਤਾਂ ਬੱਚਿਆਂ ਨੂੰ ਡਰਾਉਣ ਵਾਸਤੇ ਘਰ ਦੇ ਇਹ ਸ਼ਬਦ ਵਰਤਦੇ ਸੀ ਕਿ ਸੜਕ ਤੇ ਤਾ ਜੋ ਬੱਚੇ ਦੀ ਦੂਰ ਸੜਕ ਤੇ ਨਾ ਜਾਣ ਨਾਮੂ ਕੁਝ ਦਲੇਰ ਸੀ ਨਹੀਂ ਡਰ ਕਾ ਤਾ ਉਹ ਬੋਲੀ ਕੋਈ ਨਹੀਂ ਤੈਨੂੰ ਫੜਦਾ ਆਪਣਾ ਕਿਸੇ ਨੇ ਚਾਰ ਪਾਉਣਾ ਨਹੀਂ ਇਉਂ ਨਾ ਕਹੋ ਪੀਤੋ ਨੇ ਸਿਆਣਾ ਜਿਹਾ ਮੂੰਬਣਾ ਕੇ ਕਿਹਾ ਭਾਬੀ ਕੇ ਪਿੰਡ ਦੇ ਲਾਗੇ ਇੱਕ ਪਿੰਡ ਹੈ ਉੱਥੇ ਇਸੇ ਤਰ੍ਹਾਂ ਹੀ ਇੱਕ ਆਪਣੇ ਜਿਹੀ ਕੁੜੀ ਨੂੰ ਰਾਸੇ ਚੁੱਕ ਲੈ ਗਏ ਇਹ ਸੁਣ ਕੇ ਨਾਮੂ ਉਸ ਪਿੱਛੇ ਆਉਂਦੀ ਬੁੱਢੀ ਨੂੰ ਨਾਲ ਰਲਣਾ ਮੰਨ ਗਈ ਕਿਉਂਕਿ ਉਹਨੂੰ ਵੀ ਥੋੜਾ ਡਰ ਲੱਗਣ ਲੱਗ ਗਿਆ ਦੋ ਕੁ ਮਿੰਟ ਬਾਅਦ ਉਹ ਬੁੱਢੀ ਨਾਲ ਰਲੀ ਅੰਮਾ ਸਾਨੂੰ ਸੜਕ ਤੋਂ ਡਰ ਲੱਗਦਾ ਸੀ ਅਸੀਂ ਕਿਆ ਅੰਮਾ ਨਾਲ ਚੱਲਾਂਗੇ ਨਾ ਮੋਨੇ ਅੰਮਾ ਨੂੰ ਖੁਸ਼ ਕਰਨ ਲਈ ਕਿਆ ਇਹ ਤੁਹਾਨੂੰ ਕੋਣ ਚੱਕੀ ਜਾਂਦਾ ਸੀ ਹੂਰਾ ਜਾਂਦੀਆਂ ਨੂੰ ਸੜਕ 'ਚੋਂ ਬੁੱਢੀ ਸੜਕੇ ਬੋਲੀ ਸੜੀ ਹੁਣ ਕਾਤੋਂ ਕਿ ਉਹ ਉਹਨਾਂ ਨੇ ਉਸ ਨੂੰ ਇੱਕ ਤਾਂ ਅੰਮਾ ਕਹਿ ਦਿੱਤਾ ਤੇ ਦੂਸਰਾ ਇਹ ਸੀ ਕਿ ਉਸ ਜਨਾਨੀ ਨੂੰ ਉਸ ਉਹਨਾਂ ਦੀਆਂ ਲੜਕੀਆਂ ਜਿਹੜੀਆਂ ਹੱਲ ਲੈ ਕੇ ਉਮਰ ਵਿੱਚ ਛੋਟੀਆਂ ਸਨ ਉਹਨਾਂ ਦੇ ਉੱਤੇ ਸ਼ਾਇਦ ਉਹਨਾਂ ਦੇ ਨਾਲ ਉਸ ਨੂੰ ਕੀ ਕਹਿ ਸਕਦੇ ਜੈਲਸੀ ਹੋ ਰਹੀ ਸੀ ਕਿ ਇਹ ਉਸ ਨੂੰ ਬੋਤ ਸਿਆਣੀ ਸਮਝਦੀ ਹੈ ਸਮਝਦੀਆਂ ਸਨ ਵਾਹ ਕੁੜੇ ਅੰਮਾ ਪੀਤੋ ਦੇ ਮੂੰਹੋਂ ਨਿਕਲਿਆ ਵਾਹ ਕੁੜੇ ਅੰਮਾ ਅਸਲ ਦੇ ਵਿੱਚ ਇਹ ਸ਼ਬਦ ਕੁਝ ਵੀ ਨਹੀਂ ਉਹ ਸਿਰਫ ਜਿਵੇਂ ਅਸੀਂ ਮਨ ਚੋਂ ਦਿਲ ਚੋਂ ਕੋਈ ਗੱਲ ਮੂੰਹ ਚੋਂ ਕੱਢਦੇ ਆ ਵਾਹ ਜਿਵੇਂ ਆਪਾਂ ਕਹਿ ਦਿੰਨੇ ਆ ਉਜਾ ਪਰਾਂ ਤੂੰ ਕੀ ਇਹ ਕਹਿ ਦਿੱਤਾ ਸੋ ਇਸ ਤਰ੍ਹਾਂ ਪੀਤੋ ਦੇ ਮੂੰਹੋਂ ਇਹ ਨਿਕਲਿਆ ਚਲੋਤੀਏ ਚਲੋ ਉਸਨੇ ਛਟ ਨਰਮ ਹੋ ਕੇ ਆਖਿਆ ਬਸ ਇੱਥੇ ਹੀ ਸਾਡੀ ਇਹ ਕਹਾਣੀ ਖਤਮ ਹੋ ਜਾਂਦੀ ਹੈ ਸੋ ਇਸ ਤਰ੍ਹਾਂ ਇਹ ਕਹਾਣੀ ਜਿਹੜੀ ਆ ਉਹ ਪਿੰਡੂ ਕਿਸਾਨੀ ਜੀਵਨ ਦੇ ਨਾਲ ਸੰਬੰਧ ਰੱਖਦੀ ਹੈ ਤੇ ਕਹਾਣੀਕਾਰ ਇਸ ਦੇ ਵਿੱਚ ਸਾਨੂੰ ਜਿਹੜਾ ਪਿੰਡ ਦਾ ਕਿਸਾਨ ਆ ਉਹਦੇ ਯਥਾਰਥਕ ਜੀਵਨ ਦੀ ਝਲਕ ਪੇਸ਼ ਕਰਦਾ ਯਥਾਰਥਕ ਅਸਲੀ ਸਚਾਈ ਦੇ ਜਿਹੜਾ ਬਹੁਤ ਨੇੜੇ ਹੁੰਦਾ ਹੈ